ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਪਿੰਡ ਤਲਵਣ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਦਾਰ ਲਸ਼ਕਰ ਸਿੰਘ ਦੀ ਦੇਖ ਰੇਖ ਹੇਠ ਪਿੰਡ ਤਲਵਣ ਨਿਵਾਸੀਆਂ ਨੂੰ ਸਰਕਾਰੀ ਸਕੀਮਾਂ ਤੇ ਸਹੂਲਤਾਂ ਦਾ ਲਾਭ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਰਦਾਰ ਜਗਬੀਰ ਸਿੰਘ ਬਰਾੜ, ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਨੇ ਕੀਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਬਰਾਦਰ ਵਿਕਾਸ ਪੰਚਾਇਤ ਅਫਸਰ ਲਸ਼ਕਰ ਸਿੰਘ, ਸਰਦਾਰ ਪ੍ਰਗਟ ਸਿੰਘ, ਨਾਇਬ ਤਹਿਸੀਲਦਾਰ ਨੂਰ ਮਹਿਲ, ਸ਼੍ਰੀਮਤੀ ਜਸਵਿੰਦਰ ਕੌਰ ਸੰਗਾ ਸੁਪਰਡੈਂਟ, ਸਰਦਾਰ ਬਲਵਿੰਦਰ ਸਿੰਘ ਹੁੰਦਲ ਸਰਪੰਚ, ਗੁਰਦੀਪ ਸਿੰਘ ਕਮਹਲ ਮੈਂਬਰ ਬਲਾਕ ਸਮਿਤੀ, ਸਰਦਾਰ ਹਰਜਿੰਦਰ ਸਿੰਘ ਸੰਘੇੜਾ, ਸਰਦਾਰ ਬਲਦੇਵ ਸਿੰਘ ਜੋਹਲ, ਹਰੀਸ਼ ਚੰਦਰ ਮੈਂਬਰ ਬਲਾਕ ਸਮਿਤੀ, ਕੁਲਜਿੰਦਰ ਸਿੰਘ ਤਲਵਣ, ਸ੍ਰੀ ਤੇਜਿੰਦਰ ਪਾਲ ਬਾਈ ਤਲਵਣ, ਜਸਵਿੰਦਰ ਸਾਬਕਾ ਸਰਪੰਚ, ਸਤਨਾਮ ਸਿੰਘ ਜੋਹਲ ਅਤੇ ਹੋਰ ਪ੍ਰਮੁੱਖ ਵਿਅਕਤੀ ਅਤੇ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀ ਮੌਜੂਦ ਸਨ। ਇਸ ਕੈਂਪ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਰਾੜ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵਿਸਥਾਰ ਨਾਲ ਦੱਸਦੇ ਹੋਏ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਦਾ ਪੂਰਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਮੌਜੂਦ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਲੋੜੀਂਦੀ ਕਾਰਵਾਈ ਕੀਤੀ ਗਈ। ਇਸ ਕੈਂਪ ਦੌਰਾਨ ਸ੍ਰੀਮਤੀ ਜਸਵਿੰਦਰ ਕੌਰ ਸੰਗਰਾ ਸੁਪਰਡੈਂਟ ਨੂੰ ਸੰਭਾਲੀ ਗਈ ਜ਼ਿੰਮੇਵਾਰੀ ਨੂੰ ਉਹਨਾਂ ਪੂਰੀ ਮਿਹਨਤ ਨਾਲ ਨਿਭਾਇਆ। ਇਸ ਕੈਂਪ ਦੌਰਾਨ ਸਰਦਾਰ ਲਸ਼ਕਰ ਸਿੰਘ ਬਲਾਕ ਵਿਕਾਸ ਪੰਚਾਇਤ ਅਫਸਰ ਨੇ ਦੱਸਿਆ ਕਿ ਇਹੋ ਜਿਹੇ ਕੈਂਪ ਜਲਦੀ ਹੀ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ ਤਾਂ ਜੋ ਲੋਕ ਇਹਨਾਂ ਕੈਂਪਾਂ ਰਾਹੀਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਸਹੂਲਤਾਂ ਦਾ ਪੂਰਾ ਪੂਰਾ ਲਾਭ ਲੈ ਸਕਣ। ਇਸ ਮੌਕੇ ਤੇ ਸਰਦਾਰ ਮਨਜਿੰਦਰ ਸਿੰਘ, ਇੰਸਪੈਕਟਰ ਫੂਡ ਸਿਵਲ ਸਪਲਾਈ, ਸੰਦੀਪ ਕੁਮਾਰ, ਇੰਸਪੈਕਟਰ ਵੰਦਨਾ ਮਲਹੋਤਰਾ, ਇੰਸਪੈਕਟਰ ਫੂਡ ਸਿਵਲ ਸਪਲਾਈ ਸੀਤਾ ਦੇਵੀ, ਸੁਪਰਵਾਈਜ਼ਰ ਜਗਦੀਸ਼ ਕੌਰ, ਸੁਪਰਵਾਈਜ਼ਰ ਕਮਲੇਸ਼ ਕੁਮਾਰੀ, ਪਲਵਿੰਦਰ ਕੌਰ ਸੁਪਰਵਾਈਜ਼ਰ ਪਿੰਡ ਦਾ ਪੰਚਾਇਤ, ਸਕੱਤਰ ਜੇਈ ਅਤੇ ਸਟਾਫ ਮੌਜੂਦ ਸੀ। ਬਿਲਗਾ ਤੋਂ ਪੱਤਰਕਾਰ ਸ਼ਸ਼ੀ ਕੁਮਾਰ ਅਤੇ ਕੈਮਰਾਮੈਨ ਵਿਨੋਦ ਬੱਤਰਾ ਦੀ ਰਿਪੋਰਟ। ਪਿੰਡ ਵਿਖੇ ਜੋ ਪੰਜਾਬ ਸਰਕਾਰ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਚਲਾਈ ਜਾ ਰਹੀ ਹੈ, ਪੰਚਾਇਤ ਵੱਲੋਂ ਇਹ ਕੈਂਪ ਲਗਾਇਆ ਗਿਆ। ਤਲਵਣ ਨਿਵਾਸੀ ਬੜੀ ਵੱਡੀ ਗਿਣਤੀ ਦੇ ਵਿੱਚ ਆਪਦੇ ਫਾਰਮ ਇੱਥੇ ਭਰਨ ਆਏ ਹੋਏ ਆ। 19 ਸਕੀਮਾਂ ਹੈਗੀਆਂ, ਇਹ 19 ਸਕੀਮਾਂ ਦੇ ਵਿੱਚ ਪੈਨਸ਼ਨ ਦੀ ਸਕੀਮ ਜਿਹੜੀ ਹੈਗੀ ਆ, ਆਟੇ ਦਾਲ ਦੀ ਹੈ, ਬੱਚਿਆਂ ਦੀ ਪੜ੍ਹਾਈ ਦੀ ਹੈ, ਕੋਈ ਪੀੜਿਤ ਹੈਗਾ ਕੈਂਸਰ ਤੋਂ ਜਾਂ ਕੋਈ ਸ਼ਹੀਦ ਪਰਿਵਾਰ ਹੈਗਾ, ਇਹ ਸਾਰਿਆਂ ਨੂੰ ਜਿਹੜਾ ਹੈਗਾ ਡਾਟਾ ਕਲੈਕਟ ਕਰਕੇ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਯਕਮੁਸ਼ਤ ਜਿਹੜੀਆਂ ਇਹ ਲਾਗੂ ਕੀਤੀਆਂ ਜਾਣਗੀਆਂ, ਤਾਂ ਕਿ ਲੋਕਾਂ ਨੂੰ ਦਰ ਦਰ ਜਿਹੜਾ ਹੈਗਾ ਕਦੇ ਕਿਸੇ ਦਫ਼ਤਰ ਕਦੇ ਕਿਸੇ ਦਫ਼ਤਰ ਧੱਕੇ ਨਾ ਖਾਣੇ ਪੈਣ। ਅੱਜ ਪਿੰਡ ਤਲਵਣ ਵਿਖੇ ਸਵੇਰੇ 10 ਵਜੇ ਤੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਅਧੀਨ ਕੈਂਪ ਲੱਗਿਆ ਹੋਇਆ, ਜਿਸ ਕੈਂਪ ਦੇ ਵਿੱਚ ਕਿ ਸਾਰੇ ਵਿਭਾਗਾਂ ਦੇ ਵੱਖ ਵੱਖ ਅਧਿਕਾਰੀ ਇਸ ਸਮੇਂ ਮੌਜੂਦ ਹਨ। ਅਸੀਂ ਫੂਡ ਸਪਲਾਈ ਵੱਲੋਂ, ਫੂਡ ਸਪਲਾਈ ਦਫ਼ਤਰ ਨੂਰਮਹਿਲ ਵੱਲੋਂ ਇੱਥੇ ਕੈਂਪ ਲਗਾਇਆ ਹੋਇਆ, ਜਿਸ ਦੇ ਅਧੀਨ ਕਿ ਆਟਾ ਦਾਲ ਸਕੀਮ ਦੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਅਧੀਨ ਜਿੰਨੇ ਵੀ ਫਾਰਮ ਭਰੇ ਗਏ ਸਨ, ਉਹਨਾਂ ਲੋਕਾਂ ਦੇ ਜਿਹੜੇ ਕਿ ਪਹਿਲਾਂ ਕਣਕ ਲੈਣ ਤੋਂ ਵਾਂਝੇ ਰਹਿ ਗਏ ਸਨ, ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਕੋਈ ਵੀ ਬੰਦਾ ਜੋ ਕਿ ਕਣਕ ਲੈਣ ਦੇ ਕਾਬਲ ਹੈ ਆਟਾ ਦਾਲ ਦੇ ਅਧੀਨ, ਉਹ ਵਾਂਝਾ ਨਹੀਂ ਰਹੇਗਾ। ਉਸਦੇ ਅਧੀਨ ਅਸੀਂ ਤਾਂ ਲੋਕਾਂ ਦੇ ਨੀਵੇਂ ਕਾਰਡਾਂ 'ਤੇ ਫਾਰਮ ਭਰ ਰਹੇ ਹਾਂ। ਫਿਰ ਵੀ ਜੇਕਰ ਕਿਸੇ ਬੰਦੇ ਨੇ ਆਪਣਾ ਪੈ ਗਿਆ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਅਧੀਨ ਫਾਰਮ ਨਹੀਂ ਭਰਿਆ, ਉਹ ਵੀ ਇੱਥੇ ਕੈਂਪ ਵਿੱਚ ਵੀਡੀਓ ਦਫ਼ਤਰ ਵਾਲੇ ਬੈਠੇ ਹਨ, ਉਹਨਾਂ ਦੇ ਫਾਰਮ ਭਰੇ ਜਾਂਦੇ ਹਨ, ਨਾਲ ਹੀ ਨੀਵੇਂ ਕਾਰਡਾਂ ਦੇ ਫਾਰਮ ਭਰੇ ਹਨ। ਇੱਥੇ ਮੌਜੂਦ ਅਨੇਕਾਂ ਲੋਕ ਜਿਨ੍ਹਾਂ ਦੇ ਕਿ ਬੱਚੇ ਬਾਅਦ 'ਚੋਂ ਬੱਚੇ ਦੇ ਨਾਮ ਨੀਵੇਂ ਕਾਰਡਾਂ ਦੇ ਵਿੱਚ ਦਰਜ ਨਹੀਂ ਹਨ, ਉਹਨਾਂ ਦੀਆਂ ਵੀ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਹਨ, ਅਤੇ ਅਲੱਗ ਅਲੱਗ 19 ਤਰ੍ਹਾਂ ਦੀਆਂ ਸਕੀਮਾਂ ਜੋ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਹਨ। ਹਰੇਕ ਡਿਪਾਰਟਮੈਂਟ ਇੱਥੇ ਪਿੰਡ ਤਲਵਣ ਵਿਖੇ ਪਹੁੰਚ ਕੇ ਲੋਕਾਂ ਨੂੰ ਇੱਕ ਤਰ੍ਹਾਂ ਡੋਰ ਸਟੈਪ 'ਤੇ ਆ ਕੇ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਦੇ ਹਨ।